ਇਹ ਰਸੋਈ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇਹ ਇੱਕ ਓਪਨ ਰਸੋਈ ਹੈ ਜੀ, ਕਿਉਂਕਿ ਇਹਦੇ ਏਰੀਆ ਘੱਟ ਹੋਣ ਕਰਕੇ ਜੇ ਆਪਾਂ ਇਹਦੀਆਂ ਕੰਧਾਂ ਕਰਦੇ ਸੀ ਤਾਂ ਉਹ ਬਹੁਤ ਹੀ ਟਾਈਟ ਹੁੰਦਾ ਸੀਗਾ ਜੀ। ਤਾਂ ਅਸੀਂ ਇਹਨੂੰ ਲਿਵਿੰਗ ਏਰੀਏ ਨਾਲ ਜਿਵੇਂ ਆਪਾਂ ਲੋਬੀ ਦੇ ਨਾਲ ਇਹਨੂੰ ਅਸੀਂ ਪੂਰਾ ਖੋਲਤਾ, ਤੇ ਉਵੇਂ ਹੀ ਲੋਬੀ ਵਾਲੇ ਪਾਸੇ ਇੱਕ ਬ੍ਰੇਕਫਾਸਟ ਕਾਊਂਟਰ, ਆਪਾਂ ਕੱਲ ਵੀ ਗੱਲ ਸੈਟਿੰਗ ਦੀ ਕੀਤੀ ਸੀ, ਆਹ ਇੱਕ ਤਰ੍ਹਾਂ ਦਾ ਬ੍ਰੇਕਫਾਸਟ ਕਾਊਂਟਰ ਹੈ ਜੀ, ਜੇ ਇੱਥੇ ਕੋਈ ਕੁੱਕ ਕਰ ਰਿਹਾ ਤਾਂ ਉਹ ਇਸ ਪਾਸੇ ਬੱਚਾ ਬੈਠਾ ਉੱਥੇ ਖਾ ਸਕਦਾ। ਇਹਦੇ ਵਿੱਚ ਵੀ ਥੱਲੇ ਉਵੇਂ ਮਾਡਲਰ ਸਟੋਰੇਜ ਆ ਜੀ, ਅੱਡ ਅੱਡ ਤਰ੍ਹਾਂ ਦੇ ਖਾਣੇ ਆ, ਆਹ ਖਾਣਾ ਜਲਾਈ ਲੂਣ ਮਿਰਚ ਵਾਲਾ ਆ ਗਿਆ, ਆਹ ਉਦੋਂ ਥੱਲੇ ਹੋਰ ਘਿਓ ਅਚਾਰ ਮਸਾਲਿਆਂ ਵਾਲਾ ਆ ਗਿਆ, ਜਿਵੇਂ ਆਹ ਹੈਗੇ ਜਿਹੜੇ ਕੁਕਿੰਗ ਦੇ ਮਤਲਬ ਹਿੱਸੇ ਦੇ ਖਾਣੇ ਆ, ਇਸ ਪਾਸੇ ਸਟੋਰੇਜ ਵਾਲੇ ਖਾਣੇ ਹੋ ਗਏ ਜਿਵੇਂ ਭਾਂਡੇ ਦੇ ਸਟੋਰੇਜ ਹੋ ਗਿਆ, ਵੀ ਉਵੇਂ ਵੰਡਿਆ ਹੋਇਆ ਇਸ ਰਸੋਈ 'ਚ ਵੀ, ਆਹ ਸ਼ੈਲਫ ਆਸ ਕੰਮ ਦੂ ਆ, ਆਹ ਚੀਜ਼ ਇਸ ਕੰਮ ਨੂੰ, ਤਾਂ ਜੇ ਵਿਉਂਤ ਨਾਲ ਆਪਣਾ ਵੰਡੀ ਹੋਵੇ ਚੀਜ਼ ਤਾਂ ਉਹਦੀ ਵਰਤੋਂ ਜਿਵੇਂ ਵੱਧ ਜਾਂਦੀ ਹੈ, ਸੌਖ ਹੋ ਜਾਂਦੀ ਹੈ। ਆ ਕੀ ਆ ਇੱਟਾਂ ਟਿੱਡੀਆਂ ਲਾ ਲਾ ਕੇ, ਇਹਦੇ ਵਿੱਚ ਕੀ ਸਿਸਟਮ ਆ ਬਾਈ ਜੀ ਕਿ ਤੁਸੀਂ ਦੇਖੋਗੇ ਇੱਧਰ ਵਿਹੜਾ, ਇੱਕ ਤਰ੍ਹਾਂ ਦੇ ਬਰਾਂਡਾ ਜਿਵੇਂ ਇਹ ਵਿਚਾਲੇ ਬਰਾਂਡਾ ਜੀ, ਤਾਂ ਇੱਕ ਨਾ ਵਿੰਡ ਟਨਲ ਇਫੈਕਟ ਹੁੰਦਾ ਕਿ ਹਵਾ ਜਦੋਂ ਆਊ ਤਾਂ ਆਪਾਂ ਪਹਿਲਾਂ ਵੱਡੇ ਤੋਂ ਭੀੜਾ ਕੀਤਾ ਫਿਰ ਉਹਨੂੰ ਹੋਰ ਭੀੜਾ ਕੀਤਾ, ਤਾਂ ਇੱਥੇ ਇਹ ਹਮੇਸ਼ਾ ਜੇ ਹਲਕੀ ਜਿਹੀ ਵੀ ਬਾਹਰ ਹਵਾ ਚੱਲੂ ਤਾਂ ਇੱਥੇ ਹਵਾ ਉਦੋਂ ਵੱਧ ਵਧੂਗੀ, ਇੱਕ ਤਰ੍ਹਾਂ ਕ੍ਰੋਸ ਵੈਂਟੀਲੇਸ਼ਨ ਵਾਸਤੇ ਆ ਅਤੇ ਥੋੜ੍ਹਾ ਉਹਨੂੰ ਜਿਵੇਂ ਐਂਪਲੀਫਾਈ ਕਰਨ ਵਾਸਤੇ ਆ। ਤਰ੍ਹਾਂ ਦੀ ਵੀ ਪੂਰੀ ਫੰਕਸ਼ਨਲ ਰਸੋਈ ਆ ਜੀ ਆ, ਭਾਂਡੇ ਧੋਣ ਵਾਲਾ, ਅੰਦਰ ਕੀ ਹੈ ਜੀ ਆਪਾਂ ਇਕੱਲੀ ਜਿਵੇਂ ਚਾਹ ਬਣਾਈ ਜਾਂ ਸਿਰਫ ਬੱਚਿਆਂ ਦਾ ਖਾਣਾ ਜਾਂ ਕੁਛ ਕੀਤਾ ਤਾਂ ਉੱਥੇ ਇੱਕ ਛੋਟਾ ਸਿੰਕ ਆ ਭਾਂਡੇ ਧੋਤੇ ਜਾਂਦੇ ਆ, ਇਹ ਵੱਡਾ ਭਾਂਡੇ ਧੋਣ ਵਾਲਾ, ਜੇ ਆਪਣੇ ਜਿਵੇਂ ਕਈ ਵਾਰੀ ਕੋਈ ਹਾਊਸ ਹੈਲਪ ਹੁੰਦਾ ਉਹਨੇ ਉਹ ਭਾਂਡੇ ਧੋਂਦਾ ਜਾਂ ਆਪਣੇ ਰਿਸ਼ਤੇਦਾਰ ਆਏ ਹੋਏ ਆ ਤਾਂ ਉਦੋਂ ਵੱਡਾ ਭਾਂਡੇ ਧੋਣ ਵਾਲਾ ਵਰਤਿਆ ਜਾਂਦਾ। ਹੁਣ ਇਹ ਆ ਵੀ ਜੇ ਕਿਸੇ ਨੇ ਬਣਾਉਣੀ ਆ ਮੰਨ ਲਓ ਰਸੋਈ ਬਣਾਉਣੀ ਆ ਤਾਂ ਇਹ ਰਸੋਈ ਨੂੰ ਦੇਖ ਕੇ ਉਹਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖੇ ਜਿਹੜੀਆਂ ਇਹ 'ਚ ਪੂਰੀਆਂ ਅਤੇ ਬੰਦੇ ਨੂੰ ਰੱਖਣਾ ਚਾਹੀਦਾ। ਇੱਕ ਤਾਂ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਭਾਂਡੇ ਧੋਣ ਦਾ ਤੁਹਾਡੇ ਦੋ ਥਾਈ ਹੋਵੇ, ਕੁੱਕਰ ਦੇ ਵਿੱਚ ਕੜਾਹੀਆਂ ਇੱਕ ਤਰ੍ਹਾਂ ਦੇ ਭਾਂਡੇ ਆ, ਕੱਚ ਦੇ ਭਾਂਡੇ ਆ, ਡਿਨਰ ਸੈੱਟ ਉਹ ਦੋ ਤਰ੍ਹਾਂ ਦੇ ਭਾਂਡੇ ਆ, ਕਈ ਲੋਕ ਫਿਰ ਜਿਵੇਂ ਉਹਨੂੰ ਦੋ ਹਿੱਸਿਆਂ 'ਚ ਧੋਂਦੇ ਆ ਕੁਛ 'ਚ ਧੋਂਦੇ ਆ, ਜੇ ਤੁਹਾਡੇ ਕੋਲ ਥਾਂ ਹੈਗੀ ਆ ਤੁਸੀਂ ਵੱਡੇ ਭਾਂਡੇ ਧੋਣ ਵਾਸਤੇ ਇੱਕ ਅੱਡ ਜਿਵੇਂ ਵੱਡਾ ਸਿੰਕ ਕੜਾਹੀਆਂ ਅਤੇ ਉਹ ਚੀਨੀ ਵਾਲੇ ਕੱਪ ਇਕੱਠੇ ਨਾ ਇਕੱਠੇ ਨਾ ਨਾ ਮਤਲਬ ਉਹ ਆਮ ਜਿਵੇਂ ਕੋਮਨ ਸੈਂਸ ਵਾਲੀ ਗੱਲ ਹੈ ਜੀ। ਹੁਣ ਇਹਦੇ ਵਿੱਚ ਹੈਗਾ ਜਿਹੜਾ ਹਵਾ ਦਾ ਜੀ, ਜਿਹੜਾ ਵੀ ਆਪਾਂ ਚੌਂਤਰਾ ਜਾਂ ਓਪਨ ਕਿਚਨ ਰੱਖਣੀ ਹੈ ਜੀ ਉਹ ਇਸ ਹਿਸਾਬ 'ਤੇ ਹੋਵੇ ਕਿ ਉਹਦੇ 'ਚ ਹਵਾ ਕ੍ਰੋਸ ਕਰਨੀ ਚਾਹੀਦੀ ਹੈ, ਮਤਲਬ ਜਿਵੇਂ ਦੋ ਪਾਸੇ ਕੰਧ ਹੋਵੇ ਉਦੋਂ ਵੱਧ ਨਾ ਹੋਵੇ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਅਤੇ ਮੈਂ ਹਾਂ ਨਵਰੀਤ ਸਿਵੀਆ। ਪਿਛਲਾ ਸ਼ੋਅ ਵੀ ਰਸੋਈ 'ਤੇ ਸੀ, ਪਿਛਲੇ ਸ਼ੋਅ 'ਚ ਵੀ ਬਾਈ ਨੇ ਦੱਸਿਆ ਅਤੇ ਪਿਛਲੇ ਸ਼ੋਅ 'ਚ ਵੀ ਮੇਰਾ ਮੂੰਹ ਪੱਕਿਆ ਵਾ ਸੀ, ਅੱਜ ਵੀ ਪੱਕਿਆ ਵਾ ਕੌਮਨ ਅਤੇ ਪਰ ਥੋੜ੍ਹਾ ਠੀਕ ਆ। ਪਰ ਜਿਹੜਾ ਪਿਛਲਾ ਸੀਗਾ ਉਹ ਸ਼ਹਿਰੀ ਹਿਸਾਬ ਨਾਲ ਸੀ ਅਤੇ ਉਹ ਰਸੋਈ ਕਾਫੀ ਹਾਈ ਐਂਡ ਸੀਗੀ, ਉਹਦਾ ਬਜਟ ਕਾਫੀ ਸੀ। ਪਰ ਅਸੀਂ ਜਿਹੜਾ ਇਸ ਸ਼ੋਅ ਦੇ ਮਾਧਿਅਮ ਰਾਹੀਂ ਕਹਿਣਾ ਉਹ ਇਹ ਕਹਿਣਾ ਚਾਹੁੰਦੇ ਹਾਂ ਤੁਹਾਨੂੰ ਇਸ ਸੀਰੀਜ਼ ਦੇ ਮਾਧਿਅਮ ਨਾਲ ਵੀ ਤੁਹਾਡੀ ਜਿਹੋ ਜਿਹੀ ਲੋੜ ਹੈ ਉਸ ਹਿਸਾਬ ਨਾਲ ਚੀਜ਼ ਬਣਾ ਲਓ। ਹੁਣ ਪਿਛਲੀ ਰਸੋਈ ਪਹਿਲੀ ਮੰਜ਼ਿਲ 'ਤੇ ਸੀ, ਇਹ ਜ਼ਮੀਨੀ ਹੈ, ਜ਼ਮੀਨ 'ਤੇ ਬਣੀ ਹੋਈ ਹੈ, ਗਰਾਊਂਡ ਫਲੋਰ ਹੈ, ਤਾਂ ਆਪਾਂ ਇਹ ਪੇਂਡੂ ਆ ਉਹ ਸ਼ਹਿਰੀ ਸੀ, ਹਰੇਕ ਦੀ ਲੋੜ ਅੱਡ ਹੈ। ਇਹਦੇ ਨਾਲ ਅਸੀਂ ਚੌਂਤਰਾ ਵੀ ਛੱਡਿਆ ਬਾਈ ਪੂਰਾ ਐਂ ਬਣਾ ਕੇ, ਉਹਦੀ ਵੀ ਗੱਲ ਕਰ ਲਵਾਂਗੇ। ਤਾਂ ਇਹ ਸਾਰੀਆਂ ਚੀਜ਼ਾਂ ਲੋੜ ਮੁਤਾਬਕ ਹੈ। ਬਿਲਕੁਲ। ਹੁਣ ਆਹ ਦੱਸੋ ਇਹ ਲੜਾ ਇਹ ਜਿਹੜੀ ਰਸੋਈ ਹੈ, ਸਾਰੀ ਲੜਾਈ ਕਹਿ ਗਿਆ, ਅਤੇ ਹੁਣ ਇਹ ਕਿਸ ਹਿਸਾਬ ਨਾਲ ਬਣੀ, ਕੀ ਇਹ ਪਰਿਵਾਰ ਦੀਆਂ ਲੋੜਾਂ ਸੀ ਅਤੇ ਉਹਦੇ ਅਕੋਰਡਿੰਗ ਤੁਸੀਂ ਕੀ ਕੀ ਚੀਜ਼ਾਂ ਕੀਤੀ? ਮੈਂ ਥੋੜ੍ਹਾ ਜਿਹਾ ਰਸੋਈ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਪਰਿਵਾਰ ਦਾ ਦੱਸਣਾ ਚਾਹੂੰਗਾ ਜੀ। ਜਿਵੇਂ ਜਿਹੜਾ ਆਪਾਂ ਪਿਛਲੇ ਹਿੱਸੇ ਵਿੱਚ ਦੇਖਿਆ ਸੀਗਾ ਉਹ ਇੱਕ ਫੋਰਨ ਰਿਟਰਨ ਪਰਿਵਾਰ ਸੀਗਾ, ਉਹਨਾਂ ਦਾ ਆਪਦਾ ਬਿਜ਼ਨਸ ਸੀਗਾ, ਸਟੱਡ ਫਾਰਮ ਸੀਗਾ, ਅਤੇ ਉਹਨਾਂ ਦੀਆਂ ਉਸ ਤਰ੍ਹਾਂ ਦੀਆਂ ਲੋੜਾਂ ਸੀ, ਉਹਨਾਂ ਦਾ ਲਾਈਫ ਸਟਾਈਲ ਸੀਗਾ ਬਹੁਤ ਹੋਰ ਤਰ੍ਹਾਂ ਦਾ ਸੀਗਾ। ਇਹ ਘੜਿਆਣੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਛੋਟਾ ਪਰਿਵਾਰ ਆ, ਚਾਰ ਜੀਆਂ, ਜ਼ਿਲ੍ਹਾ ਮੁਕਤਸਰ ਦੇ ਚਾਰ ਜੀਆਂ ਦਾ ਪਰਿਵਾਰ ਆ ਜੀ। ਇਹ ਪਿੰਡ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਆਮ ਆਪਣੇ ਸਾਦੇ ਪਿੰਡਾਂ 'ਚ ਲੋੜਾਂ ਹੁੰਦੀਆਂ, ਇਹਨਾਂ ਦਾ ਬਜਟ ਬਹੁਤ ਘੱਟ, ਇਹਨਾਂ ਨੇ ਬਹੁਤ ਛੋਟਾ ਪੋਰਸ਼ਨ ਬਣਾਉਣਾ ਸੀਗਾ ਜੀ। ਅਤੇ ਸਾਡੇ ਕੋਲ ਏਰੀਆ ਵੀ ਜਿਵੇਂ ਇੱਕ ਤਰ੍ਹਾਂ ਦਾ ਸਾਨੂੰ ਸੀਗਾ ਕਿ ਅਸੀਂ ਛੋਟੇ ਤੋਂ ਛੋਟਾ ਜਿੰਨਾ ਨਾ ਸਰਦਾ ਰੱਖ ਉੱਨਾ ਹੀ ਰੱਖਣਾ, ਦੂਜਾ ਛੋਟੇ ਬਣਾਉਂਦਾ ਵੀ ਕਾਰਨ ਸੀ ਕਿ ਸਾਫ਼ ਕਰਨਾ ਫਿਰ ਤੁਹਾਨੂੰ ਪਤਾ ਜੀ ਸੌਖਾ ਸੌਖਾ ਜੀ। ਅਸੀਂ ਇਹਦੇ ਵਿੱਚ ਕੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਆਪਣਾ ਆਮ ਪਿੰਡਾਂ ਦੇ ਪੁਰਾਣੇ ਘਰ ਹੁੰਦੇ ਆ, ਇਹਦੇ 'ਚ ਵਿਹੜਾ ਵੀ ਆ, ਚੌਂਤਰਾ ਵੀ ਆ, ਬੈਠਕ ਵੀ ਆ, ਕੱਪੜੇ ਧੋਣ ਦਾ ਵੀ ਆ, ਹਰ ਚੀਜ਼ ਆ, ਉਸੇ ਬਜਟ ਵਿੱਚ ਉਸੇ ਏਰੀਏ ਵਿੱਚ ਪੂਰੀ ਕੀਤੀ ਹੈ ਜੀ। ਪਰ ਅੱਜ ਜੇ ਆਪਾਂ ਇਕੱਲੀ ਰਸੋਈ ਦੀ ਗੱਲ ਕਰੀਏ, ਹੈ ਨਾ, ਰਸੋਈ ਦੇ ਵਿੱਚ ਤੁਸੀਂ ਦੇਖੋਗੇ ਜਿਹੜੀਆਂ ਗੱਲਾਂ ਆਪਾਂ ਉਸ ਦਿਨ ਉੱਥੇ ਵੱਡੀ ਰਸੋਈ 'ਚ ਕੀਤੀਆਂ ਸੀ, ਸਾਰਿਆਂ ਕੁਛ ਇੱਥੇ ਹੀ ਹੈ ਜੀ। ਇਹ ਰਸੋਈ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇਹ ਇੱਕ ਓਪਨ ਰਸੋਈ ਹੈ ਜੀ, ਕਿਉਂਕਿ ਇਹਦਾ ਏਰੀਆ ਘੱਟ ਹੋਣ ਕਰਕੇ
ਜੇ ਆਪਾਂ ਇਹਦੀਆਂ ਕੰਧਾਂ ਕਰਦੇ ਸੀ ਤਾਂ ਉਹ ਬਹੁਤ ਹੀ ਟਾਈਟ ਹੁੰਦਾ ਸੀਗਾ ਜੀ, ਤਾਂ ਅਸੀਂ ਇਹਨੂੰ ਲਿਵਿੰਗ ਏਰੀਏ ਨਾਲ ਜਿਵੇਂ ਆਪਾਂ ਲੋਬੀ ਦੇ ਨਾਲ ਇਹਨੂੰ ਅਸੀਂ ਪੂਰਾ ਖੋਲਤਾ, ਤੇ ਉਵੇਂ ਹੀ ਲੋਬੀ ਵਾਲੇ ਪਾਸੇ ਇੱਕ ਬ੍ਰੇਕਫਾਸਟ ਕਾਊਂਟਰ, ਆਪਾਂ ਕੱਲ ਵੀ ਗੱਲ ਸਿਟਿੰਗ ਦੀ ਕੀਤੀ ਸੀ, ਆਹ ਇੱਕ ਤਰ੍ਹਾਂ ਦਾ ਬ੍ਰੇਕਫਾਸਟ ਕਾਊਂਟਰ ਹੈ ਜੀ, ਵੀ ਜੇ ਇੱਥੇ ਕੋਈ ਕੁੱਕ ਕਰ ਰਿਹਾ ਤਾਂ ਉਹ ਇਸ ਪਾਸੇ ਬੱਚਾ ਬੈਠਾ ਉੱਥੇ ਖਾ ਸਕਦਾ। ਇਹ ਦੂਜਾ ਇਹਦੇ ਵਿੱਚ ਕੀ ਹੈ ਜੀ, ਰਸੋਈ ਦੇ ਨਾਲ ਇੱਕ ਓਪਨ ਰਸੋਈ ਬਾਹਰ ਆ ਜੀ, ਇੱਕ ਬਾਹਰ ਵਰਾਂਡਾ, ਉਹਦੇ 'ਚ ਵੀ ਇੱਕ ਗੈਸ ਆ, ਇੱਕ ਉਧਰ ਵੀ ਚੱਲਦੇ ਆ, ਪਰ ਇਹ 'ਚ ਇਹ ਵੀ ਖਿਆਲ ਉਹ ਵੀ ਆ ਵੀ ਇਹਦੀ ਇੰਨੀ ਉਚਾਈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ, ਉਵੇਂ ਹੀ ਜਿਹੜੀ ਆਪਾਂ ਵਰਕਿੰਗ ਟ੍ਰਾਇੰਗਲ ਦੀ ਗੱਲ ਕੀਤੀ ਸੀ, ਇੱਥੇ ਇਹਦਾ ਗੈਸ ਸਟੋਪ ਆ ਜੀ, ਉੱਥੇ ਫਰਿੱਜ ਆ, ਉਹ ਕੀ ਹੁੰਦਾ ਆਪਣਾ ਭਾਂਡੇ ਧੋਣ ਵਾਲਾ ਸਿੰਕ ਆ, ਇਹਦਾ ਵੀ ਵਰਕਿੰਗ ਟ੍ਰਾਇੰਗਲ ਆ, ਇਹਦਾ ਵਰਕਿੰਗ ਟ੍ਰਾਇੰਗਲ ਆਲਮੋਸਟ 13-14 feet ਦਾ, ਉਹ ਵੱਡੀ ਰਸੋਈ ਸੀ, ਉਹਦਾ ਟ੍ਰਾਇੰਗਲ ਆਲਮੋਸਟ 21-22 feet ਦਾ ਸੀਗਾ। ਇਹਦੇ ਵਿੱਚ ਵੀ ਆਹ ਤੁਸੀਂ ਮੇਰੇ ਪਿੱਛੇ ਇੱਕ ਵਿੰਡੋ ਦੇਖੋਗੇ, ਇਹ ਹੁਣ ਆਲਮੋਸਟ 11:15 ਹੋਇਆ ਤੇ ਇੱਥੇ ਧੁੱਪ ਆ ਜੀ, ਇਦੋਂ ਬਾਅਦ ਹੋਰ ਘੰਟਾ ਡੇਢ ਘੰਟਾ ਬਾਅਦ ਇੱਥੇ ਧੁੱਪ ਆਉਣੀ ਬਿਲਕੁਲ ਬੰਦ ਹੋ ਜਾਂਦੀ ਹੈ ਜੀ। ਅੱਛਾ, ਇਹ ਨੌਰਥ ਸੋਰੀ ਸਾਊਥ ਈਸਟ ਵਾਲੇ ਪਾਸੇ ਹੈ ਜੀ ਇਹ ਬਾਰੀ, ਤੇ ਉਸ ਤੋਂ ਬਾਅਦ ਇਹਦੇ ਵਿੱਚ ਕੀ ਕੀਤਾ ਜੀ ਅਸੀਂ, ਇਹਦੀ ਇੱਕ ਵੈਟ ਸ਼ੈਲਫ ਅੱਡ ਕੱਢੀ, ਮਤਲਬ ਜਿਹੜਾ ਆਪਣੇ ਉਸ ਪਾਸੇ ਤੁਸੀਂ ਸ਼ੈਲਫ ਦੇਖ ਰਹੇ ਹੋ, ਉੱਥੇ ਭਾਂਡੇ ਧੋਣ ਦਾ, ਐਕੁਆ ਗਾਰਡ ਦਾ, ਭਾਂਡੇ ਸੁਕਾਉਣ ਦਾ ਤੇ ਫਰਿੱਜ ਦਾ ਏਰੀਆ, ਆਹ ਕੁਕਿੰਗ ਦਾ ਏਰੀਆ ਹੋ ਗਿਆ ਜੀ, ਆਹ ਆਪਣਾ ਜਿਵੇਂ ਆਪਣੇ ਹੋਰ ਆਪਾਂ ਕੱਟਣਾ ਜਾਂ ਮਿਕਸੀ ਵਰਤਣੀ ਆ, ਟੋਸਟਰ ਵਰਤਣਾ, ਜਿਹੜੇ ਇਲੈਕਟ੍ਰੋਨਿਕਸ ਦਾ ਉਹ ਏਰੀਆ, ਮਤਲਬ ਛੋਟੀ ਕਿਚਨ ਵਿੱਚ ਵੀ ਚੀਜ਼ਾਂ ਉਸ ਹਿਸਾਬ ਤੇ ਵੰਡੀਆਂ ਵੀ। ਹੁਣ ਮੈਂ ਪਰ ਇਹਦਾ ਏਰੀਆ ਹੀ ਬਹੁਤ, ਤੁਸੀਂ ਇੰਨੇ ਥੋੜੇ ਦੇ ਵਿੱਚ ਇਹ ਹਨਾ ਜਿਵੇਂ ਕਰਿਆ ਗਿਆ ਏਰੀਆ, ਕਿੰਨਾ ਏਰੀਆ ਦਾ ਟੋਟਲ ਹੋਊਗਾ ਇਹ, ਮਤਲਬ ਇਹ ਜਰਨਲਿਸਟ ਜਿਵੇਂ 150 square feet ਕਹਿੰਦੇ ਜੀ, ਉਦੋਂ ਛੋਟੀ ਹੈ ਜੀ, 115-125 square feet ਜਿਹੜੇ ਮਤਲਬ ਹਿੱਸੇ ਦੇ ਖਾਨੇ ਆ, ਇਸ ਪਾਸੇ ਸਟੋਰੇਜ ਵਾਲੇ ਖਾਨੇ ਹੋ ਗਏ, ਜਿਵੇਂ ਭਾਂਡੇ ਦੇ ਸਟੋਰੇਜ ਹੋ ਗਿਆ, ਵੀ ਉਵੇਂ ਵੰਡਿਆ ਹੋਇਆ ਇਸ ਰਸੋਈ 'ਚ, ਵੀ ਆਹ ਸ਼ੈਲਫ ਆਸ ਕੰਮ ਨੂੰ, ਆਹ ਚੀਜ਼ ਇਸ ਕੰਮ ਨੂੰ, ਤਾਂ ਜੇ ਵਿਉਂਤ ਨਾਲ ਆਪਣਾ ਵੰਡੀ ਹੋਵੇ ਚੀਜ਼ ਤਾਂ ਉਹਦੀ ਵਰਤੋਂ ਜਿਵੇਂ ਵੱਧ ਜਾਂਦੀ ਹੈ, ਸੌਖ ਹੋ ਜਾਂਦੀ ਹੈ। ਬਿਲਕੁਲ, ਤਾਂ ਇਹ ਅੰਦਰਲਾ ਭਾਗ ਆ, ਹੁਣ ਆਪਾਂ ਬਾਹਰਲਾ ਭਾਗ ਦਿਖਾਉਣੇ, ਥੋੜ੍ਹਾ ਕੱਟ ਲੱਗੂਗਾ, ਬਾਹਰ ਬਾਹਲੀ ਧੁੱਪ ਆ, ਇੱਥੇ ਜਮਾ ਹੀ ਨਹੀਂ ਸੀਗੀ, ਤਾਂ ਐਡਜਸਟ ਕਰਨਾ ਪਊ ਕੈਮਰਾ, ਆ ਜਾਓ। ਤਾਂ ਹੁਣ ਆਪਾਂ ਆ ਗਏ ਹਾਂ ਬਾਹਰ, ਆਹ ਹੈਗਾ ਜਮਾਂ, ਮਤਲਬ ਜਿਵੇਂ ਪਿੰਡਾਂ ਦੀਆਂ ਜਿਹੜੀਆਂ ਲੋੜਾਂ, ਇੱਥੇ ਆ ਕੇ ਮੈਨੂੰ ਪਤਾ ਲੱਗਿਆ ਅੰਦਰ ਤਾਂ ਫਿਰ ਵੀ ਸ਼ਹਿਰੀ ਚਲਕਾਰਾ ਸੀਗਾ, ਆਹ ਠੀਕ ਠਾਕ। ਤੇ ਪਰ ਮੈਂ ਬਾਈ ਮੇਰਾ ਜਿਹੜਾ ਸਭ ਤੋਂ ਵੱਧ ਧਿਆਨ ਖਿੱਚਿਆ ਵੀ ਆਹ ਰਸੋਈ ਆ, ਆਹ ਉੱਪਣ ਆ ਗਾਂਹ ਹਨਾ, ਅੱਗੇ ਵਿਹੜਾ ਆ ਗਿਆ, ਆਹ ਕੀ ਆ ਇੱਟਾਂ ਟਿੱਡੀਆਂ ਲਾ ਲਾ ਕੇ। ਇਹਦੇ ਵਿੱਚ ਕੀ ਸਿਸਟਮ ਆ ਬਾਈ ਜੀ, ਕਿ ਤੁਸੀਂ ਦੇਖੋਗੇ ਇੱਧਰ ਵਿਹੜਾ, ਇੱਕ ਤਰ੍ਹਾਂ ਦੇ ਬਰਾਂਡਾ ਜਿਵੇਂ ਇਹ ਵਿਚਾਲੇ ਬਰਾਂਡਾ ਜੀ, ਤਾਂ ਇੱਕ ਨਾ ਵਿੰਡ ਟਨਲ ਇਫੈਕਟ ਹੁੰਦਾ ਕਿ ਹਵਾ ਜਦੋਂ ਆਊ ਤਾਂ ਆਪਾਂ ਪਹਿਲਾਂ ਵੱਡੇ ਤੋਂ ਭੀੜਾ ਕੀਤਾ, ਫਿਰ ਉਹਨੂੰ ਹੋਰ ਭੀੜਾ ਕੀਤਾ, ਤਾਂ ਇੱਥੇ ਇਹ ਹਮੇਸ਼ਾ ਜੇ ਹਲਕੀ ਜਿਹੀ ਵੀ ਬਾਹਰ ਹਵਾ ਚੱਲੂ ਤਾਂ ਇੱਥੇ ਹਵਾ ਉਦੋਂ ਵਧੂਗੀ ਜੀ, ਇੱਕ ਤਰ੍ਹਾਂ ਕ੍ਰੋਸ ਵੈਂਟੀਲੇਸ਼ਨ ਵਾਸਤੇ ਆ, ਤੇ ਥੋੜ੍ਹਾ ਉਹਨੂੰ ਜਿਵੇਂ ਐਂਪਲੀਫਾਈ ਕਰਨ ਵਾਸਤੇ ਆ, ਵਿੰਡ ਐਂਪਲੀਫਾਈ ਵਧਾਉਣ, ਹਵਾ ਭਾਵੇਂ ਘੱਟ ਹੋਵੇ ਪਰ ਇਹ ਇਫੈਕਟ ਆ ਜਿਹੜਾ ਉਹਨੂੰ ਵਧਾ ਦਿੰਦਾ ਜੀ। ਬਿਲਕੁਲ ਜੀ, ਤਾਂ ਇਹਦੇ ਚ ਹੁਣ ਕੀ ਹੋਰ ਕੀ ਕੀ ਇਹਦੇ ਵਿੱਚ ਕੀ ਹੈ ਜੀ, ਇਹਦੇ ਇੱਕ ਤਰ੍ਹਾਂ ਦੀ ਵੀ ਪੂਰੀ ਫੰਕਸ਼ਨਲ ਰਸੋਈ ਆ ਜੀ, ਆ ਭਾਂਡੇ ਧੋਣ ਵਾਲਾ, ਅੰਦਰ ਕੀ ਹੈ ਜੀ ਆਪਾਂ ਇਕੱਲੀ ਜਿਵੇਂ ਚਾਹ ਬਣਾਈ ਜਾਂ ਸਿਰਫ ਬੱਚਿਆਂ ਦਾ ਖਾਣਾ ਜਾਂ ਕੁਛ ਕੀਤਾ ਤਾਂ ਉੱਥੇ ਇੱਕ ਛੋਟਾ ਸਿੰਕ ਆ ਭਾਂਡੇ ਧੋਤੇ ਜਾਂਦੇ ਆ, ਇਹ ਵੱਡਾ ਭਾਂਡੇ ਧੋਣ ਵਾਲਾ ਜੀ ਆਪਣੇ, ਜਿਵੇਂ ਕਈ ਵਾਰੀ ਕੋਈ ਹਾਊਸ ਹੈਲਪ ਹੁੰਦਾ ਉਹਨੇ ਉਹ ਭਾਂਡੇ ਧੋਂਦਾ ਜਾਂ ਆਪਣੇ ਰਿਸ਼ਤੇਦਾਰ ਆਏ ਹੋਏ ਆ ਤਾਂ ਉਦੋਂ ਵੱਡਾ ਭਾਂਡੇ ਧੋਣ ਵਾਲਾ ਵਰਤਿਆ ਜਾਂਦਾ। ਦੂਜਾ ਇੱਥੇ ਇਹਨਾਂ ਨੇ ਕੁਕਿੰਗ ਟੋਪ ਵੀ ਰੱਖਿਆ ਹੋਇਆ ਪੂਰਾ, ਮਤਲਬ ਇਹ ਇਹਨਾਂ ਦੀ ਲੋੜ ਦੇ ਅਨੁਸਾਰ ਆ, ਇਹ ਕੀ ਕਰਦੇ ਆ ਇਹ ਸਬਜ਼ੀ ਬਾਹਰ ਬਣਾਉਂਦੇ ਆ ਜੀ, ਫੁਲਕੇ ਜਿਵੇਂ ਅੰਦਰ, ਜਿਵੇਂ ਹੁਣ ਇੱਥੇ ਆਪਣੇ ਸਾਰਿਆਂ ਵਾਸਤੇ ਖਾਣਾ ਤਾਂ ਇਹਨਾਂ ਨੇ ਇੱਥੇ ਫੁਲਕੇ ਪਕਾਏ, ਜੇ ਕੰਮ ਜ਼ਿਆਦਾ ਹੁੰਦਾ ਤਾਂ ਬਾਹਰਲਾ ਚੌਂਕਾ ਵਰਤਦੇ ਆ, ਇਹਨਾਂ ਦੇ ਇਕੱਲੇ ਪਰਿਵਾਰ ਦਾ ਕੰਮ ਹੁੰਦਾ ਤਾਂ ਇਹ ਅੰਦਰਲਾ ਚੌਂਕਾ ਵਰਤਦੇ ਆ। ਉਹ ਜਿਵੇਂ ਆਪਣੀ ਸਾਰੀ ਗੱਲ ਆ ਨਾ ਕਿ ਹਰ ਬੰਦੇ ਦੀ ਲੋੜ ਅਨੁਸਾਰ, ਹਰ ਬੰਦੇ ਦਾ ਤਰੀਕਾ ਉਸ ਹਿਸਾਬ 'ਤੇ ਜੀ, ਜਿਵੇਂ ਇਹਨਾਂ ਦਾ ਤਰੀਕਾ, ਇਹਨਾਂ ਨੂੰ ਆ ਕਿ ਤੜਕੇ ਦੀ ਅੰਦਰ ਸਮੈਲ ਫੈਲ ਜਾਂਦੀ ਆ ਜਾਂ ਕੁਛ ਆ, ਤਾਂ ਉਹ ਚੀਜ਼ਾਂ ਇਹ ਬਾਹਰ ਕਰਦੇ ਆ,
ਤੇ ਬਾਕੀ ਇਹ ਕੰਮ ਅੰਦਰ ਕਰਦੇ ਆ ਮਤਲਬ ਜਿਵੇਂ ਇਹਨਾਂ ਨੇ ਸੈਟਿੰਗ ਆਪਦੀ ਮਤਲਬ ਬਣਾਈ ਹਾਂ ਵੀ ਇਹ ਐਂ ਵੀ ਆ ਵੀ ਇਹ ਚ ਗਰਮੀ ਸਰਦੀ ਦਾ ਵੀ ਰੱਖਿਆ ਜਾ ਸਕਦਾ ਵੀ ਜੇ ਮੰਨ ਲਓ ਤੁਹਾਨੂੰ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਹੈ ਹਨਾ ਹੁਮਸ ਦੇ ਦਿਨ ਚੱਲ ਰਹੇ ਆ ਜਿਵੇਂ ਅੱਜ ਬਾਹਰ ਖੜ ਕੇ ਫਿਰ ਵੀ ਬੰਦੇ ਨੂੰ ਸਕੂਨ ਮਿਲਦਾ ਤਾਂ ਬਾਹਰ ਪਕਾ ਸਕਦਾ ਹਨਾ ਹਾਂਜੀ ਹਾਂਜੀ ਤੇ ਜਦਕਿ ਕੋਈ ਬਿਲਕੁਲ ਜੁੜੇ ਹੋਏ ਆ ਬਿਲਕੁਲ ਨਾਲ ਇਕੱਲਾ ਗੇਟ ਆ ਹਨਾ ਵਿਚਾਲੇ ਬਿਲਕੁਲ ਤੇ ਇੱਥੇ ਵੀ ਕੋਈ ਐ ਨਹੀਂ ਵੀ ਹਨਾ ਦਿੱਕਤ ਵਾਲੀ ਗੱਲ ਮਤਲਬ ਇਹ ਵੀ ਪੂਰੀ ਪ੍ਰਾਈਵੇਟ ਆ ਜੀ ਇਹ ਵੀ ਜਿਵੇਂ ਜਿਵੇਂ ਆਪਣੇ ਰਸੋਈ ਹੁੰਦਾ ਨਾ ਇਹ ਨਾਲ ਵਿਹੜੇ 'ਚ ਜੁੜੇ ਜਿਵੇਂ ਕਈ ਵਾਰੀ ਆਪਾਂ ਗਰਮੀਆਂ 'ਚ ਵਿਹੜੇ 'ਚ ਬਹਿ ਕੇ ਖਾਂਦੇ ਹਾਂ ਤਾਂ ਇੱਥੇ ਪਕਾਇਆ ਤੁਸੀਂ ਜਿਵੇਂ ਵਿਹੜੇ 'ਚ ਸਰਵ ਕਰਤਾ ਉਹ ਚੀਜ਼ ਵੀ ਇੱਥੇ ਹੈਗੀ ਹੈ ਜੀ ਸੋ ਇਹ ਵੀ ਮੈਂ ਤਾਂ ਇਹੀ ਚੀਜ਼ ਇੱਥੇ ਬਾਈ ਕੋਲੇ ਦੇਖੀ ਆ ਜਿਹੜੀ ਉਹ 'ਚ ਮੈਨੂੰ ਸਭ ਤੋਂ ਗੱਲ ਚੰਗੀ ਇਹੀ ਲੱਗੀ ਆ ਵੀ ਇੱਕ ਤਾਂ ਯਾਰ ਹਵਾ ਦਾ ਬਹੁਤ ਖਿਆਲ ਰੱਖਿਆ ਹਾਂਜੀ ਬਿਲਕੁਲ ਨਹੀਂ ਨਾ ਰਸੋਈਆਂ ਜ਼ਿਆਦਾਤਰ ਐਂ ਹੁੰਦੀਆਂ ਵੀ ਹਨਾ ਉਹ ਘੁੱਟਣ ਤੇ ਥੋੜ੍ਹਾ ਹਾਂਜੀ ਬਿਲਕੁਲ ਨਹੀਂ ਅਸੀਂ ਏਰੀਆ ਛੋਟਾ ਹੋਣ ਦੇ ਕਾਰਨ ਵੀ ਅਸੀਂ ਉੱਥੇ ਵੀ ਰਸੋਈ ਨੂੰ ਕੰਧ ਚੱਕ ਕੇ ਜਿਵੇਂ ਲਿਵਿੰਗ ਨਾਲ ਖੁੱਲ੍ਹਾ ਕਰਤਾ ਹਾਂ ਇੱਥੇ ਅਸੀਂ ਇਸ ਹਿਸਾਬ 'ਤੇ ਦਿੱਤਾ ਕਿ ਵਿਹੜੇ ਦਾ ਪੂਰਾ ਜਿਵੇਂ ਮਤਲਬ ਹੈ ਤਾਂ ਵਿਹੜਾ ਉਹ ਆ ਤਿਆਰ ਰਸੋਈ ਆ ਪਰ ਤੁਹਾਨੂੰ ਇੱਥੇ ਖੜੇ ਪੂਰਾ ਵੱਡਾ ਤੁਸੀਂ ਬਣਾਇਆ ਕਦੋਂ ਸੀ ਅੱਛਾ ਇਹ ਘਰ ਤਾਂ ਅਸੀਂ ਨਾ ਜੀ ਐਕਚੁਅਲੀ ਮੈਂ ਉਦੋਂ ਪੜ੍ਹਦਾ ਸੀਗਾ ਇਹ ਮੇਰੇ ਮਤਲਬ ਮੇਰੇ ਮੰਮਾ ਦੇ ਮਾਮਾ ਜੀ ਦਾ ਘਰ ਆ ਜੀ ਤਾਂ ਇਹ 2015 ਜਾਂ 14-15 ਦੇ ਵਿੱਚ ਮਤਲਬ ਮੈਂ ਹੁਣ ਅਸੀਂ ਥੋੜਾ ਮਤਲਬ ਹੁਣ ਤੇ ਕਾਫੀ ਸੋਧ ਲਿਆ ਅਸੀਂ ਬਿਲਕੁਲ ਪਿੰਡਾਂ ਦੇ ਆਪਾਂ ਜੇ ਫੰਕਸ਼ਨ ਦੇ ਹਿਸਾਬ ਨਾਲ ਦੇਖੀਏ ਨਾ ਪਿੰਡਾਂ 'ਚ ਕੰਮਾਂ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਜਿਹੜੀ ਰਸੋਈ ਆ ਇੰਨੀ ਕੁ ਬਾਹਰ ਰੱਖਣੀ ਹਨਾ ਜਿਹਦੇ 'ਚ ਸਾਰਾ ਉਵੇਂ ਹੋਵੇ ਚੁੱਲ੍ਹਾ ਹਾਂਜੀ ਚੌਂਤਰਾ ਆਪਾਂ ਇਹਨੂੰ ਕਹਿ ਦਿੰਦੇ ਹਾਂ ਇਹ ਇਹਦਾ ਕਿਵੇਂ ਰੋਲ ਦੇਖਦੇ ਹੋ ਕਿਉਂਕਿ ਆਪਾਂ ਪਹਿਲੇ ਸ਼ੋਅ ਦੇ ਵਿੱਚ ਗੱਲ ਤਾਂ ਬਹੁਤ ਕਰੀ ਸੀ ਪਰ ਲੋਕਾਂ ਨੇ ਪੁੱਛਿਆ ਸੀ ਵੀ ਯਾਰ ਹਨਾ ਵੀ ਉਹ ਕਲੀਅਰ ਉਨੀ ਮਤਲਬ ਜਦੋਂ ਅਸੀਂ ਆਹ ਬਣਾਈ ਸੀ ਜੀ ਤਾਂ ਉਦੋਂ ਅਸੀਂ ਮਤਲਬ ਜਿਵੇਂ ਇੱਕ ਤਾਂ ਅਸੀਂ ਐਕਸਪੈਰੀਮੈਂਟ ਕਰ ਰਹੇ ਸੀ ਅਸੀਂ ਸਮ ਪੜ੍ਹ ਰਹੇ ਸੀਗੇ ਹੁਣ ਅਸੀਂ ਜਿਹੜੀ ਪਿੰਡਾਂ ਦੇ ਨਾਲ ਚੌਂਤਰਾ ਬਣਾਉਂਦੇ ਹਾਂ ਜੀ ਹੁਣ ਅਸੀਂ ਇਦੋਂ ਵੀ ਥੋੜ੍ਹਾ ਹੋਰ ਵੱਡਾ ਬਣਾਉਂਦੇ ਹਾਂ ਜੀ ਅੱਛਾ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਜੇ ਕਿਸੇ ਨੇ ਨਾ ਜਿਵੇਂ ਆਪਾਂ ਖੋਇਆ ਮਾਰ ਜਿਵੇਂ ਖੋਇਆ ਗਜਰੇਲਾ ਉਹ ਚੀਜ਼ਾਂ ਕਿੱਥੇ ਬਣਾਓ ਹੁਣ ਇਹਨਾਂ ਨੇ ਉਹਦੇ ਵਾਸਤੇ ਬਾਹਰ ਥਾਂ ਰੱਖੀ ਆ ਪਰ ਉਹ ਸਾਨੂੰ ਉਦੋਂ ਨਹੀਂ ਧਿਆਨ ਸੀ ਬਣਾਈ ਹੈ ਸਾਡੇ ਵਾਲੇ ਪਾਸੇ ਚੁੱਲ੍ਹੇ ਨੂੰ ਚੁਰ ਕਹਿੰਦੇ ਆ ਤਾਂ ਇਹਨਾਂ ਨੇ ਬਾਹਰ ਦੋ ਵੱਡੇ ਚੁੱਲ੍ਹੇ ਰੱਖੇ ਜੀ ਸਾਨੂੰ ਉਦੋਂ ਨਹੀਂ ਧਿਆਨ ਆਇਆ ਮਤਲਬ ਓਵਰ ਟਾਈਮ ਅਸੀਂ ਵੀ ਜਿਵੇਂ ਸਿੱਖਦੇ ਰਹੇ ਇਹਨਾਂ ਦੀ ਬਣਾਈ ਫਿਰ ਹੋਰ ਬਣਾਈ ਹੁਣ ਅਸੀਂ ਕੀ ਕਰਦੇ ਹਾਂ ਜਿਹੜਾ ਅਸੀਂ ਨਾਲ ਚੌਂਕਾ ਜਾਂ ਚੌਂਤਰਾ ਦਿੰਦੇ ਹਾਂ ਉਹ ਇਦੋਂ ਵੱਡਾ ਦਿੰਦੇ ਹਾਂ ਉਹਦੇ ਵਿੱਚ ਅਸੀਂ ਚੁੱਲ੍ਹਾ ਮਤਲਬ ਜਿਹੜਾ ਆਪਣਾ ਥੱਲਾ ਚੁੱਲ੍ਹਾ ਹੁੰਦਾ ਉਹਦਾ ਪੁਆਇੰਟ ਮਤਲਬ ਉਹਦੀ ਥਾਂ ਰੱਖਦੇ ਹਾਂ ਤੇ ਇੱਕ ਅਸੀਂ ਥੱਲੇ ਭਾਂਡੇ ਧੋਣ ਦੀ ਥਾਂ ਰੱਖਦੇ ਹਾਂ ਹੁਣ ਇਹ ਆ ਵੀ ਜੇ ਕਿਸੇ ਨੇ ਬਣਾਉਣੀ ਆ ਮੰਨ ਲਓ ਰਸੋਈ ਬਣਾਉਣੀ ਆ ਤਾਂ ਇਹ ਰਸੋਈ ਨੂੰ ਦੇਖ ਕੇ ਉਹਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖੇ ਜਿਹੜੀਆਂ ਇਹ 'ਚ ਪੂਰੀਆਂ ਤੇ ਬੰਦੇ ਨੂੰ ਰੱਖਣਾ ਚਾਹੀਦਾ ਇੱਕ ਤਾਂ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਭਾਂਡੇ ਧੋਣ ਦਾ ਤੁਹਾਡੇ ਦੋ ਥਾਂ ਹੀ ਹੋਵੇ ਜਿਹੜਾ ਤੁਸੀਂ ਜਿਹੜੀ ਮਤਲਬ ਜਿਹੜੀ ਤੁਹਾਡੀ ਮੇਨ ਕਿਚਨ ਦੇ ਨਾਲ ਭਾਂਡੇ ਧੋਣ ਵਾਲਾ ਉਹਦੇ ਵਿੱਚ ਜਿਵੇਂ ਚਾਹ ਦੇ ਕੱਪ ਇਹ ਅਸੀਂ ਬਹੁਤ ਘਰਾਂ 'ਚ ਦੇਖਿਆ ਵਰਤੋਂ ਦੇ ਹਿਸਾਬ 'ਤੇ ਕਿ ਕੁੱਕਰ ਦੇ ਵਿੱਚ ਕੜਾਹੀਆਂ ਇੱਕ ਤਰ੍ਹਾਂ ਦੇ ਭਾਂਡੇ ਆ ਕੱਚ ਦੇ ਭਾਂਡੇ ਆ ਡਿਨਰ ਸੈੱਟ ਉਹ ਦੋ ਤਰ੍ਹਾਂ ਦੇ ਭਾਂਡੇ ਆ ਕਈ ਲੋਕ ਫਿਰ ਉਹ ਜਿਵੇਂ ਉਹਨੂੰ ਦੋ ਹਿੱਸਿਆਂ 'ਚ ਧੋਂਦੇ ਆ ਕੁਛ 'ਚ ਧੋਂਦੇ ਆ ਜੇ ਤੁਹਾਡੇ ਕੋਲ ਥਾਂ ਹੈਗੀ ਆ ਤੁਸੀਂ ਵੱਡੇ ਭਾਂਡੇ ਧੋਣ ਵਾਸਤੇ ਇੱਕ ਅੱਡ ਜਿਵੇਂ ਵੱਡਾ ਸਿੰਕ ਆ ਵੀ ਕੜਾਹੀਆਂ ਤੇ ਉਹ ਚੀਨੀ ਵਾਲੇ ਕੱਪ ਇਕੱਠੇ ਨਾ ਮਤਲਬ ਉਹ ਆਮ ਜਿਵੇਂ ਕਾਮਨ ਸੈਂਸ ਵਾਲੀ ਗੱਲ ਹੈ ਜੀ ਦੂਜਾ ਹੁਣ ਇਹਦੇ ਵਿੱਚ ਹੈਗਾ ਜਿਹੜਾ ਹਵਾ ਦਾ ਜੀ ਜਿਹੜਾ ਵੀ ਆਪਾਂ ਚੌਂਤਰਾ ਜਾਂ ਓਪਨ ਕਿਚਨ ਰੱਖਣੀ ਹੈ ਜੀ ਉਹ ਇਸ ਹਿਸਾਬ 'ਤੇ ਹੋਵੇ ਕਿ ਉਹਦੇ 'ਚ ਹਵਾ ਕ੍ਰੋਸ ਕਰਨੀ ਚਾਹੀਦੀ ਹੈ ਮਤਲਬ ਜਿਵੇਂ ਦੋ ਪਾਸੇ ਕੰਧ ਹੋਵੇ ਉਦੋਂ ਵੱਧ ਨਾ ਹੋਵੇ ਜੀ ਅਸਲ 'ਚ ਤੁਸੀਂ ਇਹ ਵੀ ਕਈ ਬੰਦੇ ਕਹਿਣਗੇ ਵੀ ਯਾਰ ਦੋ ਰਸੋਈਆਂ ਹੀ ਆ ਇੱਕ ਤਰ੍ਹਾਂ ਕਿਉਂ ਬਣਾਉਣੀ ਆ ਪਰ ਜੇ ਤੁਸੀਂ ਇਹਦੀ ਥਾਂ ਦੇਖੋ ਜਿੰਨੀ ਇਹਨੇ ਥਾਂ ਘੇਰੀ ਆ ਇੱਕ ਹਾਂਜੀ ਇੱਕ ਦੀ ਘੇਰੀ ਆ ਇਹ ਬਸ ਇੱਕ ਦੇ ਦੋ ਭਾਗ ਆ ਇਹਨੂੰ ਐ ਨਾ ਸਮਝੋ ਵੀ ਇਹ ਦੋ ਆ ਕੋਈ ਅੱਡ ਅੱਡ ਚੀਜ਼ਾਂ ਨਹੀਂ ਹੈਗੀਆਂ ਹਾਂਜੀ ਮਤਲਬ ਜੇ ਕੋਈ ਆ ਕੇ ਦੇਖੇ ਤੁਹਾਨੂੰ ਸਹੀ ਸਮਝ ਆਉਂਦਾ ਕਿ ਇਹਦਾ ਐਡੀ ਕੀ ਆ ਮਤਲਬ ਨਾ ਵੀ ਇਹ ਤਾਂ ਛੋਟੀ ਜੀ ਥਾਂ ਹੀ ਆ ਜੀ ਤਾਂ ਇਹ ਬਹੁਤ ਘੱਟ ਬਜਟ 'ਚ ਹੈ ਹਾਂਜੀ ਇਹ ਪੂਰਾ ਘਰ ਉਦੋਂ ਮਤਲਬ ਐਕਚੁਅਲੀ ਇਹਨਾਂ ਦੇ ਨਾ ਪਿੱਛੇ ਇੱਕ ਘਰ ਸੀਗਾ ਉਹ ਨੀਵਾਂ ਹੋ ਗਿਆ ਮੀਂਹ ਆ ਗਿਆ ਉਹ ਤੇ ਇਹਨਾਂ ਨੂੰ ਬਹੁਤ ਐਮਰਜੈਂਸੀ 'ਚ ਘਰ ਘਰ ਪਾਉਣਾ ਪਿਆ ਭਰ ਪਾਉਣਾ ਪਿਆ ਅਤੇ ਬਹੁਤ ਹੀ ਟਾਈਟ ਬਜਟ ਸੀ ਓਵਰ ਟਾਈਮ ਜਿਵੇਂ ਇਹਨਾਂ ਨੇ ਫਰਨਿਸ਼ ਕੀਤਾ ਜੀ ਮੈਨੂੰ ਹੁਣ ਨਹੀਂ ਪਰ ਜੇ ਰਸੋਈ ਮੰਨ ਲਓ ਇਹੋ ਜਿਹੀ ਪਾਉਣੀ ਆ ਅੱਜ ਦੇ ਜ਼ਮਾਨੇ 'ਚ ਜਿੰਨੀ ਇਹ ਆ ਤਾਂ ਉਹ ਕਿੰਨੇ ਕੁ 'ਚ ਵੈਸੇ ਤਿਆਰ ਹੋ ਜਾਂਦੀ ਆ ਮਤਲਬ ਡਿਪੈਂਡ ਕਰਦਾ ਜੀ ਅੱਜ 800,000 ਰੁਪਏ ਸਕੁਅਰ ਫੁੱਟ ਦੇ ਹਿਸਾਬ ਤੇ ਵੀ ਕੋਈ ਕੁੰਡੇ ਮਹਿੰਗੇ ਲਾ ਲੈਣਾ ਜੀ ਉਦੋਂ ਬਾਅਦ ਥੱਲੇ ਜਿਵੇਂ ਮੰਨ ਲਓ ਇਹਨਾਂ ਨੇ ਥੱਲੇ ਖਾਲੀ ਰੱਖਿਆ ਹੋਇਆ ਦਰਾਜ ਨੀ ਪਾਏ ਕਈ ਸਟੀਲ ਦੀਆਂ ਟਰਾਲੀਆਂ ਆਉਂਦੀਆਂ ਉਹ ਰੱਖ ਲਏ ਜੇ ਕਿਸੇ ਨੇ ਸਟੀਲ ਦੀਆਂ ਟਰਾਲੀਆਂ ਪਾਈਆਂ ਤਾਂ ਓਬਵੀਅਸ ਮਤਲਬ ਬਜਟ ਵਧੂਗਾ ਪਰ ਅਸੀਂ ਕੁੱਲ ਮਿਲਾ ਕੇ ਇੰਨੀ ਤਾਂ ਚਲੋ ਮੈਂ ਬਾਈ ਜੀ ਦੇ ਵੱਲੋਂ ਵੀ ਗਰੰਟੀ ਕਰ ਸਕਦਾ
ਵੀ ਇਹ 'ਚ ਕਾਫੀ ਪੈਸਾ ਤੁਹਾਡਾ ਬਚਣਾ ਵੀ ਬਿਲਕੁਲ ਬਿਲਕੁਲ ਹੈ ਨਾ ਤੇ ਜੇ ਤੁਸੀਂ ਸਹੂਲਤ ਦੇਖੋਗੇ ਔਰ ਸਭ ਤੋਂ ਵੱਡੀ ਗੱਲ ਯਾਰ ਤੁਹਾਡੇ ਘਰੇ ਸ਼ਾਂਤੀ ਰਹੂਗੀ ਜੇ ਬੀਬੀਆਂ ਰੋਟੀ ਪਕਾਉਂਦੀਆਂ ਰਿਲੈਕਸ ਰਹਿਣਗੀਆਂ ਤਾਂ ਮੇਰਾ ਯਕੀਨ ਕਰੋ ਤੁਹਾਡੀ ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਣੀ ਹੈ ਇਹ ਅਸੀਂ ਤਜਰਬੇ ਤੋਂ ਜਾਣਦੇ ਹਾਂ ਬਾਕੀ ਤੁਹਾਡੀ ਮਰਜ਼ੀ ਆ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ